ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ। ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਸਿਆਸੀ ਆਗੂਆਂ ਦੇ ਡੇਰਿਆਂ ਦੇ ਦੌਰੇ ਵੀ ਵੱਧ ਰਹੇ ਹਨ। ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਕੇਜਰੀਵਾਲ, ਫਿਰ ਰਾਹੁਲ ਗਾਂਧੀ ਤੇ ਹੁਣ ਸੁਖਵੀਰ ਬਾਦਲ ਜਿਸ ਤਰ੍ਹਾਂ ਰਾਧਾ ਸੁਆਮੀਆਂ ਦੇ ਡੇਰੇ ਦੇ ਚੱਕਰ ਕੱਟ ਰਹੇ ਹਨ, ਤੁਸੀਂ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਇਸ ਵੇਲੇ ਜਿਹੜੀ ਡੇਰਿਆਂ ਦੀ ਗੱਲ ਤੁਸੀਂ ਕੀਤੀ ਆ, ਇਹ ਦੋ ਤਰ੍ਹਾਂ ਦੀ ਸਥਿਤੀ ਆ ਜਿਹੜੀ ਪੈਦਾ ਹੋਈ ਹੋਈ ਆ। ਇੱਕ ਤਾਂ ਇਹ ਕਿ ਅੱਜ ਦੇਸ਼ 'ਤੇ ਭਗਮਾਇਆ ਦਾ ਰਾਜ ਆ, ਜਿਹੜੇ ਕਹਿੰਦੇ ਆ ਕਿ ਹਿੰਦੂ ਰਾਜ ਆ, ਜਿਹੜਾ ਨਾਗਪੁਰੀ ਤਖ਼ਤ ਆ ਜਿਹੜਾ ਉਹਨੂੰ ਚਲਾ ਰਿਹਾ। ਸੋ ਉਹ ਜਿਹੜਾ ਭਗਮਾ ਰਾਜ ਪੂਰੇ ਦੇਸ਼ 'ਚ ਸਥਾਪਿਤ ਕਰਨਾ ਚਾਹੁੰਦੇ ਨੇ, ਉਸ ਦੇ ਲਈ ਵੀ ਉਹ ਜਿਹੜਾ ਡੇਰਿਆਂ ਦੀ ਵਰਤੋਂ ਆ ਜਿਹੜੀ ਹਿੰਦੂ ਸੰਸਕ੍ਰਿਤੀ ਨੂੰ ਫੈਲਾਉਣ ਦੇ ਲਈ ਉਹ ਡੇਰਿਆਂ ਦੀ ਵਰਤੋਂ ਕਰਦੇ ਨੇ ਜੀ। ਇਸ ਕਰਕੇ ਡੇਰਿਆਂ ਨੂੰ ਮਤਲਬ ਉਹ ਪੂਰਾ ਉਤਸ਼ਾਹਿਤ ਕਰ ਰਹੇ ਨੇ। ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਵੋਟ ਰਾਜਨੀਤੀ ਆ ਜਿਹੜੀ, ਉਹ ਵੀ ਡੇਰਿਆਂ ਦੇ ਨਾਲ ਜੁੜੀ ਆ, ਕਿਉਂਕਿ ਡੇਰਿਆਂ ਦੇ ਜਿਹੜੇ ਸ਼ਰਧਾਲੂ ਹੁੰਦੇ ਆ ਉਹਨਾਂ ਦੀ ਗਿਣਤੀ ਅਨੁਸਾਰ ਹੀ ਜਿਹੜੇ ਡੇਰਿਆਂ ਨੂੰ ਮਤਲਬ ਸਿਆਸੀ ਧਿਰਾਂ ਨੇ ਉਹ ਉਸੇ ਅਨੁਸਾਰ ਹੀ ਉਹਨਾਂ ਨੂੰ ਪ੍ਰਮੁੱਖਤਾ ਦਿੰਦੀਆਂ ਨੇ। ਹੁਣ ਜਿਵੇਂ ਗੱਲ ਕੀਤੀ ਆ ਤੁਸੀਂ ਕਿ ਰਾਧਾ ਸੁਆਮੀਆਂ ਦਾ ਡੇਰਾ ਜਿਹੜਾ, ਉਹਦਾ ਮਤਲਬ ਕਾਫੀ ਉਹਨਾਂ ਦੇ ਸ਼ਰਧਾਲੂ ਨੇ, ਵਿਸ਼ੇਸ਼ ਕਰਕੇ ਜਿਹੜਾ ਦਲਿਤ ਭਾਈਚਾਰਾ, ਦਲਿਤ ਭਾਈਚਾਰੇ 'ਚ ਵੀ ਜਿਹੜਾ ਰਮਦਾਸੀਆ ਭਾਈਚਾਰਾ, ਉਹਨਾਂ ਦੇ ਸ਼ਰਧਾਲੂਆਂ ਦੀ ਇੱਕ ਵੱਡੀ ਗਿਣਤੀ ਆ। ਸੋ ਇਸ ਕਰਕੇ ਹਰ ਸਿਆਸੀ ਧਿਰ ਆ ਜਿਹੜੀ ਉਹ ਉਹਨਾਂ ਦੇ ਦਰ 'ਤੇ ਜਾ ਕੇ ਵੋਟਾਂ ਲਈ ਝੋਲੀ ਅੜਦੀ ਹੋਈ ਆ, ਵੋਟ ਮੰਗ 'ਤੇ ਬਣ ਕੇ ਜਾ ਕੇ ਖੜਦੀ ਆ। ਸੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਗਿਆ, ਉਹ ਤੋਂ ਬਾਅਦ ਕੇਜਰੀਵਾਲ ਵੀ ਗਿਆ, ਉਹ ਤੋਂ ਬਾਅਦ ਰਾਹੁਲ ਗਾਂਧੀ ਜਾ ਕੇ ਰਾਤ ਰਿਹਾ, ਰਾਹੁਲ ਗਾਂਧੀ ਜਾ ਕੇ ਰਾਤ ਰਿਹਾ ਅਤੇ ਅਗਲੇ ਦਿਨ ਸੁਖਬੀਰ ਹੋਰੀ ਪਹੁੰਚ ਗਏ। ਸੋ ਇਹ ਜਿਹੜਾ ਨਿਰੰਤਰ ਇਹਨਾਂ ਡੇਰਿਆਂ 'ਤੇ ਹੁਣ ਚੱਕਰ, ਕਿਉਂਕਿ ਵੋਟ ਬਰਾ ਜਿਹੜਾ ਉਹ ਸ਼ੁਰੂ ਹੋ ਚੁੱਕਾ, ਵੋਟਾਂ ਨੇ ਜਿਹੜੀਆਂ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਰਹੇ ਨੇ ਕਿ ਪੰਜਾਬ 'ਚ ਵੋਟਾਂ ਨੇ ਜਿਹੜੀਆਂ ਉਹ ਕਿਸੇ ਸਮੇਂ ਵੀ ਆ ਸਕਦੀਆਂ ਨੇ। ਸੋ ਵੋਟ ਬਰਾ ਸ਼ੁਰੂ ਹੋਣ ਦੇ ਨਾਲ ਨਾਲ ਹੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਡੇਰਿਆਂ 'ਤੇ ਇਹਨਾਂ ਦੇ ਸਿਆਸੀ ਆਗੂਆਂ ਦੇ ਜਿਹੜੇ ਗੇੜੇ ਨੇ ਉਹ ਨਿਰੰਤਰ ਵੱਧ ਗਏ ਨੇ। ਭਾਵੇਂ ਕਿ ਇਹ ਗੱਲ ਵੱਖਰੀ ਆ ਕਿ ਹੁਣ ਕੇਜਰੀਵਾਲ ਵੀ ਚਲਿਆ ਗਿਆ, ਜਿਹੜੇ ਮਤਲਬ ਆਪਦੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਧਰਮ ਨਿਰਪੱਖ ਪਾਰਟੀ ਹਾਂ, ਸਾਡਾ ਕੋਈ ਧਰਮ ਨਾਲ ਲੈਣਾ ਦੇਣਾ ਹੀ ਨਹੀਂ। ਉਹ ਵੀ ਡੇਰਿਆਂ 'ਤੇ, ਹਰ ਡੇਰੇ 'ਤੇ ਜਾ ਕੇ ਪਹਿਲਾਂ ਰਾਧਾ ਸੁਆਮੀਆਂ ਦੇ ਗਿਆ, ਫਿਰ ਬੱਲਾਂ ਵਾਲਿਆਂ ਦੇ ਗਿਆ, ਪਤਾ ਨਹੀਂ ਹੁਣ ਕੋਈ ਕਿਹਦੇ ਕਿਹਦੇ ਜਾਣਾ ਉਹਨੇ। ਮਤਲਬ ਇਹ ਸਾਰੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਮਤਲਬ ਜਿਹੜੀਆਂ ਵੋਟ ਮੰਗਤੀਆਂ ਨੇ ਉਹਨਾਂ ਲਈ ਮਤਲਬ ਇਸ ਗੱਲ ਦਾ ਕੋਈ ਅਰਥ ਨਹੀਂ, ਐਵੇਂ ਸਿਧਾਂਤਾਂ ਦਾ ਚਾਹੇ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਉਹਨਾਂ ਨੇ ਵੋਟਾਂ ਦੇ ਲਈ ਇਹਨਾਂ ਡੇਰਿਆਂ ਸਾਧ ਚਾਹੇ ਜਿੰਨਾ ਮਰਜ਼ੀ ਬਦਨਾਮ ਹੋਵੇ, ਚਾਹੇ ਉਹਨੇ ਮਤਲਬ ਲੱਖ ਅਪਰਾਧ ਕੀਤੇ ਹੋਣ, ਉਸ ਗੱਲ ਦੀ ਇੱਕ ਚਿੰਤਾ ਛੱਡ ਕੇ, ਉਸ ਗੱਲ ਨੂੰ ਇੱਕ ਪਾਸੇ ਛੱਡ ਕੇ, ਇਹ ਵੋਟ ਰਾਜਨੀਤੀ ਲਈ, ਵੋਟਾਂ ਦੇ ਲਈ ਉਸ ਸਾਧ ਦੇ ਅੱਗੇ ਜਾ ਕੇ ਨੱਕ ਰਗੜਨਾ, ਇਹਨਾਂ ਦੇ ਲਈ ਮਤਲਬ ਸਿਆਸੀ ਧਿਰਾਂ ਦੇ ਲਈ ਕੋਈ ਬਹੁਤੇ ਅਰਥ ਨਹੀਂ ਰੱਖਦਾ। ਹੁਣ ਦੇਖੋ ਕਿ ਇਹ ਕੇਜਰੀਵਾਲ ਵੀ ਰਾਧਾ ਸੁਆਮੀਆਂ ਦੇ ਜਾਇਆ ਆ, ਰਾਹੁਲ ਗਾਂਧੀ ਵੀ ਜਾਇਆ ਆ, ਕੈਪਟਨ ਅਮਰਿੰਦਰ ਵੀ ਜਾਇਆ ਆ, ਸੁਖਬੀਰ ਬਾਦਲ ਵੀ ਜਾਇਆ ਆ। ਸੋ ਆਖਰ ਨੂੰ ਸਾਰੇ ਜਾ ਰਹੇ ਨੇ ਅਤੇ ਉਹ ਕਿਹਦੇ ਕਿਹਦੇ ਹੱਕ 'ਚ ਵੋਟ ਪਵਾਉਣਗੇ ਜੀ? ਅਤੇ ਅਸੀਂ ਦੇਖਿਆ ਵੀ ਆ ਕਿ ਪੰਜਾਬ ਦੇ ਵਿੱਚ ਜਦੋਂ ਸਬਦਾ ਸਾਹਿਬ ਦਾ ਜਿਹੜਾ ਡੇਰਾ ਵਾ ਸਿਰਸੇ ਵਾਲਾ, ਜਿਹੜਾ ਜਿਸ ਤਰ੍ਹਾਂ ਉਹਨੇ ਐਲਾਨ ਕੀਤਾ, ਉਹ ਮਤਲਬ ਸਿਆਸਤ ਦੇ ਵਿੱਚ ਜੇ ਕੋਈ ਸਿੱਧੇ ਰੂਪ 'ਚ ਡੇਰਾ ਕੁੱਦਿਆ ਤਾਂ ਉਹ ਸੌਦਾ ਸਾਧ ਵਾਲਾ ਡੇਰਾ। ਪਹਿਲਾਂ ਉਹਨੇ ਕਦੇ ਅਕਾਲੀਆਂ ਦੀ ਸਪੋਰਟ ਦਾ ਐਲਾਨ ਕਰਤਾ, ਕਦੇ ਕਾਂਗਰਸ ਦੀ ਸਪੋਰਟ ਦਾ ਐਲਾਨ ਕਰਤਾ, ਹੁਣ ਹਰਿਆਣੇ 'ਚ ਭਾਜਪਾ ਦੀ ਸਪੋਰਟ ਦਾ ਐਲਾਨ ਕਰਤਾ। ਸੋ ਇਹ ਜਦੋਂ ਤੋਂ ਮਤਲਬ ਸੌਦਾ ਸਾਧ ਨੇ ਸਿੱਧੇ ਰੂਪ ਦੇ ਵਿੱਚ ਇਸ ਸਿਆਸਤ ਵੋਟ ਰਾਜਨੀਤੀ 'ਚ ਭਾਗ ਲੈਣ ਦੀ ਗੱਲ ਕੀਤੀ, ਉਸ ਤੋਂ ਬਾਅਦ ਜਿਹੜੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਉਹ ਸਾਰੀਆਂ ਹੀ ਇਹਨਾਂ ਡੇਰਿਆਂ 'ਤੇ, ਜਿਨ੍ਹਾਂ ਦੀ ਮਤਲਬ ਪੈਰੋਕਾਰ ਹੈਗੇ ਨੇ, ਜਿਨ੍ਹਾਂ ਦੀ ਪੈਰੋਕਾਰ ਲੱਖਾਂ ਦੀ ਗਿਣਤੀ 'ਚ ਨੇ, ਉਹਨਾਂ ਡੇਰਿਆਂ ਅੱਗੇ ਜਾ ਕੇ ਨੱਕ ਰਗੜਨੇ ਆ ਜਿਹੜੇ। ਸੋ ਇਹਦੇ ਨਾਲ ਪ੍ਰਭਾਵ ਆ ਜਿਹੜਾ ਅੱਜ ਜਦੋਂ 21ਵੀਂ ਸਦੀ ਦਾ ਮਤਲਬ ਡੇਢ ਦਹਾਕਾ ਵੀ ਲੰਘ ਗਿਆ, ਜਦੋਂ ਆਮ ਵਿਅਕਤੀ ਆ ਜਿਹੜਾ ਛੋਟੀ ਬੋਤੀ ਵੀ ਰੱਖਦਾ, ਉਹਨੂੰ ਪਤਾ ਕਿ ਡੇਰੇ ਨੇ ਜਿਹੜੇ ਇਹ ਸਿਰਫ ਅਤੇ ਸਿਰਫ ਮਾਨਸਿਕ, ਆਰਥਿਕ, ਸਰੀਰਕ ਸ਼ੋਸ਼ਣ ਕਰਨ ਦਾ ਅੱਡੇ ਨੇ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਰੂਹਾਨੀਅਤ ਦੀ, ਅਧਿਆਤਮਤਾ ਦੀ ਗੱਲ ਆ ਜਿਹੜੀ ਉਹ ਕੋਹਾਂ ਦੂਰ ਆ। ਸੋ ਪਰੰਤੂ ਉਸ ਦੇ ਬਾਵਜੂਦ ਵੀ ਜਿਹੜਾ ਮਤਲਬ ਸਾਡੇ ਦੇਸ਼ ਦੇ ਵਿੱਚ ਇੱਕ ਜਿਹੜਾ ਚੱਲਿਆ ਆਉਂਦਾ ਵਾ, ਸਾਡੇ ਇੱਕ ਮਨਾਂ ਦੇ ਵਿੱਚ ਲੋਕਾਂ ਦੇ ਬੈਠੀ ਹੋਈ ਗੱਲ ਆ ਜਿਹੜੀ ਉਹ ਨਹੀਂ ਨਿਕਲ ਰਹੀ, ਉਹ ਬਾਬਿਆਂ ਦੇ ਚਰਨੀ ਜਾ ਕੇ ਲੱਗਣਾ ਹੀ ਆ। ਸੋ ਇਸ ਕਾਰਨ ਇਹਨਾਂ ਜਿਹੜੀਆਂ ਡੇਰਿਆਂ ਦੀ ਮਹੱਤਤਾ ਹੈ ਜਿਹੜੀ ਉਹ
ਵੋਟਾਂ ਦੇ ਦਿਨਾਂ 'ਚ ਲੋੜ ਤੋਂ ਵੱਧ ਵੱਧ ਜਾਂਦੀ ਆ, ਜਿਵੇਂ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਲਾਈਨ ਲੱਗੀ ਹੋਈ ਆ ਕਿ ਕੌਣ ਡੇਰੇ 'ਤੇ, ਹਰ ਕਿਸੇ ਦਾ ਮਤਲਬ ਲਾਈਨ ਲੱਗੀ ਹੋਈ ਆ ਕਿ ਉਸ ਡੇਰੇ 'ਤੇ ਜਾਣਾ ਹੀ ਜਾਣਾ। ਵੋਟ ਰਾਜਨੀਤੀ ਦੇ ਵਿੱਚ ਵੋਟ ਆਮ ਜਨਤਾ ਨੇ ਪਾਉਣੀ ਹੁੰਦੀ ਹੈ, ਫਿਰ ਵੀ ਡੇਰਿਆਂ ਦਾ ਅਤੇ ਸਿਆਸੀ ਆਗੂਆਂ ਦਾ ਆਖਰ ਆਪਸ ਦੇ ਵਿੱਚ ਕੀ ਸੰਬੰਧ ਹੁੰਦਾ ਹੈ ਅਤੇ ਸਿਆਸੀ ਆਗੂ ਵੋਟਾਂ ਦੇ ਦਿਨਾਂ 'ਚ ਡੇਰਿਆਂ ਨੂੰ ਹੀ ਪਹਿਲ ਕਿਉਂ ਦਿੰਦੇ ਹਨ? ਦੇਖੋ ਮੈਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਉਹਦੇ ਪਿੱਛੇ ਕਈ ਕਈ ਕਾਰਨ ਨੇ। ਮਤਲਬ ਜਿਹੜੇ ਡੇਰੇ ਨੇ ਇਹਨਾਂ ਡੇਰਿਆਂ ਨੂੰ ਸਰਕਾਰਾਂ ਨੇ ਜਿਹੜੀਆਂ ਉਹ ਪ੍ਰਫੁੱਲਿਤ ਕਰਦੀਆਂ ਨੇ। ਅਸੀਂ ਜੇ ਪੰਜਾਬ ਦੇ ਵਿੱਚ ਜਿਹੜਾ ਡੇਰਾਵਾਦ ਪੈਦਾ ਹੋਇਆ, ਜਿਹੜੇ ਮਤਲਬ ਸਾਧ ਟੋਲਾ ਪੈਦਾ ਹੋਇਆ, ਜਿਹੜਾ ਸੰਤ ਸਮਾਜ ਪੈਦਾ ਹੋਇਆ, ਜੇ ਇਹਦੇ ਪਿਛੋਕੜ ਵੱਲ ਚਲੇ ਜਾਈਏ ਤਾਂ ਕਿਤੇ ਨਾ ਕਿਤੇ ਤਾਰਾਂ ਨੇ ਜਿਹੜੀਆਂ ਉਹ ਜਾ ਕੇ ਅੰਗਰੇਜ਼ਾਂ ਨਾਲ ਜੁੜਦੀਆਂ ਨੇ। ਅੰਗਰੇਜ਼ਾਂ ਨੇ ਮਤਲਬ ਇਹ ਜਿਹੜਾ ਮਤਲਬ ਪੰਜਾਬ ਦੇ ਵਿੱਚ ਇਹ ਸਾਧ ਲੈਣਾ, ਜਿਹੜਾ ਚਾਹੇ ਉਹਨਾਂ ਨੂੰ ਅਸੀਂ ਸੰਤ ਕਹਿ ਲਈਏ, ਚਾਹੇ ਸਾਧ ਕਹਿ ਲਈਏ, ਚਾਹੇ ਬਾਬੇ ਕਹਿ ਲਈਏ, ਉਹਨਾਂ ਨੇ ਸ਼ੁਰੂ ਕਰਾਇਆ। ਉਸ ਤੋਂ ਬਾਅਦ ਇਹ ਪ੍ਰਫੁੱਲਤ ਹੁੰਦੇ ਰਹੇ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਤਲਬ ਜਦੋਂ ਮਹੰਤ ਪ੍ਰਥਾ ਸੀ ਜਿਹੜੀ ਉਹਨੂੰ ਉਹਨਾਂ ਨੇ ਆਪਣੇ ਹੱਥੀਂ ਮਤਲਬ ਇੱਕ ਤਰ੍ਹਾਂ ਉਹਦਾ ਭੋਗ ਪਾਤਾ ਸੀ, ਉਸ ਤੋਂ ਬਾਅਦ ਆ ਕੇ ਅੰਗਰੇਜ਼ਾਂ ਨੇ ਜਿਹੜਾ ਮੁੜ ਕੇ ਪੰਜਾਬ ਦੇ ਵਿੱਚ ਜਾਂ ਹੌਲੀ ਹੌਲੀ ਉਹ ਸਿੱਖਾਂ ਦੇ ਵਿੱਚ ਘਰ ਘਰ ਗਿਆ, ਉਹਨਾਂ ਨੇ ਪੰਜਾਬ ਦੇ ਵਿੱਚ ਇਸ ਡੇਰਾਵਾਦ ਨੂੰ ਜਨਮ ਦਿੱਤਾ। ਸੋ ਸਰਕਾਰਾਂ ਨੇ ਜਿਹੜੀਆਂ ਇਹ ਹਮੇਸ਼ਾ ਇਹ ਲੋਕਾਂ ਨੂੰ ਕਈ ਤਰੀਕਿਆਂ ਦੇ ਨਾਲ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਨੇ, ਉਹਦੇ ਵਿੱਚ ਇੱਕ ਮਾਨਸਿਕ ਗੁਲਾਮੀ ਵੀ ਸ਼ਾਮਿਲ ਹੈ। ਹਾਂਜੀ। ਸੋ ਜਿਹੜਾ ਵਿਅਕਤੀ ਡੇਰੇ ਦਾ ਪੈਰੋਕਾਰ ਬਣ ਜਾਂਦਾ ਵਾ, ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਉਹ ਮਾਨਸਿਕ ਰੂਪ ਦੇ ਵਿੱਚ ਗੁਲਾਮ ਹੋ ਜਾਂਦਾ, ਮਾਨਸਿਕ ਰੂਪ ਵਿੱਚ ਬਿਮਾਰ ਹੋ ਜਾਂਦਾ, ਉਹ ਉਸ ਡੇਰੇ ਦੇ ਨਾਲ ਮਾਨਸਿਕ ਰੂਪ ਦੇ ਵਿੱਚ ਉਹਦੀ ਬਿਮਾਰ ਜਿਹੜੀ ਉਹਦੀ ਗੁਲਾਮੀ ਦੀ ਜ਼ਹਿਨੀਅਤ ਆ ਉਹਦੇ 'ਚ ਜਿਹੜੀ ਪੈਦਾ ਹੁੰਦੀ ਆ ਉਹਨੂੰ ਉਸ ਰੂਪ 'ਚ ਡੇਰੇ ਨਾਲ ਜੋੜ ਦਿੰਦੀ ਆ ਕਿ ਜੋ ਬਾਬਾ ਜੀ ਨੇ ਕਿਹਾ ਸੱਤ ਆ। ਜੀ। ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਬਾਬਾ ਜੀ ਨੇ ਕਿਹਾ। ਜੀ। ਸੋ ਬਾਬਾ ਜੀ ਨੇ ਕਿਹਾ ਵਾਲੀ ਗੱਲ 'ਤੇ ਜਿਹਨਾਂ ਨੇ ਅੱਖਾਂ ਮੀਚ ਲੈਣੀਆਂ ਨੇ, ਕੰਨ ਬੰਦ ਕਰ ਲੈਣੇ ਨੇ, ਸਿਰ ਝੁਕਾ ਦੇਣਾ, ਸੋ ਉਹ ਮਤਲਬ ਇਸ ਤਰ੍ਹਾਂ ਦੇ ਅਕਲ ਦੇ ਅੰਨੇ ਆ ਜਿਹੜੇ ਉਹ ਇਹਨਾਂ ਨੂੰ ਜਿਹੜੇ ਰਿਆਸੀ ਬੰਦੇ ਨੇ ਇਹਨਾਂ ਨੂੰ ਸਭ ਤੋਂ ਵੱਧ ਸੂਟ ਕਰਦੇ ਨੇ। ਸੋ ਇਸੇ ਕਾਰਨ ਡੇਰੇ ਆ ਜਿਹੜੇ ਉਹਨਾਂ ਨੂੰ ਥਾਪੜਾ ਦਿੱਤਾ ਜਾਂਦਾ, ਉਹਨਾਂ ਨੂੰ ਪੈਸਾ ਵੀ ਦਿੱਤਾ ਜਾਂਦਾ ਵਾ, ਉਹਨਾਂ ਦੀ ਮਹੱਤਤਾ ਵੀ ਬਣਾਈ ਜਾਂਦੀ ਆ। ਤੁਸੀਂ ਦੇਖੋ ਕਿ ਇਹ ਮੰਤਰੀ ਸੰਤਰੀ ਆ ਜਿਹੜੇ ਅਕਸਰ ਮਤਲਬ ਹੁਣ ਤਾਂ ਵੋਟਾਂ ਨੇ ਜੀ, ਪਰੰਤੂ ਵੋਟਾਂ ਜਦੋਂ ਨਹੀਂ ਹੁੰਦੀਆਂ ਉਦੋਂ ਵੀ ਇਹ ਜਿਹੜੇ ਮਤਲਬ ਮੰਤਰੀ ਨੇ ਜਾਂ ਰਾਸ਼ਟਰੀ ਆਗੂ ਨੇ ਇਹ ਅਕਸਰ ਡੇਰਿਆਂ 'ਤੇ ਚੱਕਰ ਮਾਰਦੇ ਰਹਿੰਦੇ ਨੇ, ਕੋਈ ਉਹਨਾਂ ਦਾ ਛੋਟਾ ਮੋਟਾ ਸਮਾਗਮ, ਤਾਂ ਕਿ ਉਸ ਡੇਰੇ ਦੀ ਮਹੱਤਤਾ ਜਿਹੜੀ ਉਹ ਲੋਕਾਂ 'ਚ ਬਣੀ ਰਹੇ ਕਿ ਫਲਾਣਾ ਵੀ ਇੱਥੇ ਆਉਂਦਾ, ਫਲਾਣਾ ਵੀ ਇੱਥੇ ਆਉਂਦਾ, ਫਲਾਣਾ ਵੀ ਇੱਥੇ ਆਉਂਦਾ। ਸੋ ਇਹ ਜਿਹੜਾ ਇੱਕ ਮਤਲਬ ਬੜਾ ਇਹਨਾਂ ਨੇ ਇੱਕ ਅਸੀਂ ਸਮਝਦੇ ਹਾਂ ਕਿ ਗੁੰਝਲਦਾਰ ਇਹਨਾਂ ਨੇ ਇੱਕ ਜਿਹੜਾ ਜਾਲ ਫੈਲਾਇਆ ਹੋਇਆ ਉਹਦੇ ਪਿੱਛੇ ਸਮੁੱਚੇ ਰੂਪ ਦੇ ਵਿੱਚ ਤਾਂ ਜਿਹੜੀ ਹਾਕਮ ਤੇਰਾ ਉਹ ਖੜਦੀ ਆ, ਉਹ ਆਪਣੇ ਮਨੋਰਥ ਦੇ ਲਈ ਜਿਵੇਂ ਮੈਂ ਗੱਲ ਕੀਤੀ ਆ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਮਾਨਸਿਕ ਰੂਪ ਦੇ ਵਿੱਚ ਗੁਲਾਮ ਬਣਾ ਕੇ ਰੱਖਣ ਦੇ ਲਈ ਡੇਰਿਆਂ ਨੂੰ ਵੀ ਇੱਕ ਸਾਧਨ ਵਜੋਂ ਵਰਤਿਆ ਜਾਂਦਾ, ਇਸ ਕਰਕੇ ਸਰਕਾਰ ਦਾ ਹਮੇਸ਼ਾ ਡੇਰਿਆਂ ਨੂੰ ਥਾਪੜਾ ਰਹਿੰਦਾ। ਸਿਰਸੇ ਵਾਲੇ ਸੌਦਾ ਸਾਧ ਦਾ ਡੇਰਾ ਕਾਫੀ ਚਰਚਾ 'ਚ ਰਿਹਾ ਹੈ, ਇਸ ਦੀ ਚੜ੍ਹਤ ਦੇ ਪਿੱਛੇ ਆਖਿਰ ਸਰਕਾਰ ਦਾ ਕੀ ਹੱਥ ਸੀ? ਦੇਖੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਰਕਾਰਾਂ ਨੇ ਜਿਹੜੀਆਂ ਉਹ ਇਹਨਾਂ ਡੇਰਿਆਂ ਨੂੰ ਪੈਦਾ ਕਰਦੀਆਂ ਨੇ, ਫਿਰ ਜਿਵੇਂ ਬੂਟੇ ਨੂੰ ਪਾਲੀਦਾ, ਪਾਣੀ ਵੀ ਦੇਈਦਾ, ਖਾਦ ਵੀ ਦੇਈਦਾ, ਫਿਰ ਇਹਨਾਂ ਨੂੰ ਪਾਲਦੀਆਂ ਨੇ ਜੀ, ਅਤੇ ਜਦੋਂ ਇਹ ਮਤਲਬ ਵੱਧ ਫੁੱਲ ਕੇ ਪੌਦਾ ਬਣ ਜਾਂਦੇ ਨੇ, ਫਲ ਲੱਗ ਜਾਂਦੇ ਨੇ, ਫਿਰ ਉਹਨੂੰ ਖਾਂਦੀਆਂ ਨੇ ਜੀ। ਸੋ ਇਸੇ ਤਰ੍ਹਾਂ ਜਿਹੜਾ ਇਹ ਅਸੀਂ ਸੌਦਾ ਸਾਧ ਦੀ ਗੱਲ ਕਰਦੇ ਹਾਂ, ਉਹਦੇ ਡੇਰੇ ਸਿਰਸੇ ਦੀ ਗੱਲ ਕਰਦੇ ਹਾਂ, ਉਹ ਮਤਲਬ ਪੂਰੀ ਤਰ੍ਹਾਂ ਸਰਕਾਰ ਨੇ ਪਹਿਲਾਂ ਉਹਨੂੰ ਥਾਪੜਾ ਦਿੱਤਾ ਜੀ। ਅੱਜ ਜਦੋਂ ਉਹ ਡੇਰਾ ਹੈ ਜਿਹੜਾ ਉਹ ਇੱਕ ਤਾਕਤ ਬਣ ਗਿਆ ਹੋਇਆ, ਮਤਲਬ ਉਹਦੇ ਪੈਰੋਕਾਰਾਂ ਦੀ ਗਿਣਤੀ, ਅੰਨੇ ਪੈਰੋਕਾਰਾਂ ਦੀ ਗਿਣਤੀ ਆ ਜਿਹੜੀ ਉਹ ਇੰਨੀ ਇੰਨੀ ਮਤਲਬ ਵੱਡੀ ਗਿਣਤੀ 'ਚ ਹੋ ਗਈ ਆ ਕਿ ਉਹ ਵੋਟ ਵਾਲੀ ਗੱਲ ਆ ਜਿਹੜੀ ਵੋਟ ਰਾਜਨੀਤੀ ਆ ਜਿਹੜੀ ਉਹ ਜਿਹੜੀਆਂ ਸਿਆਸੀ ਧਿਰਾਂ ਨੇ ਹੁਣ ਉਹਨਾਂ ਨੂੰ ਉਹ ਫਿੱਟ ਬੈਠਣ ਲੱਗ ਗਈ ਆ। ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਡੇਰਿਆਂ ਨੂੰ ਸਿੱਧਾ ਰਾਜਸੀ ਖੇਤਰ ਦੇ ਵਿੱਚ ਉਤਾਰਨ ਵਾਲਾ ਇਹ ਜਿਹੜਾ ਸੌਦਾ ਸਾਧ ਆ ਇਹ ਪਹਿਲਾ ਬੰਦਾ ਹੈ। ਸੋ ਇਸ ਕਾਰਨ ਮਤਲਬ ਇਸ ਡੇਰੇ ਦੀ ਜੇ ਅਸੀਂ ਪੂਰਾ ਇਹਦਾ ਜਿਹੜਾ ਢਾਂਚਾ ਹੈ ਉਹਨੂੰ ਦੇਖੀਏ ਅਤੇ ਉਹਦੇ ਪੂਰੇ ਸਿਸਟਮ ਨੂੰ ਦੇਖੀਏ ਤਾਂ ਸਾਨੂੰ ਬਿਲਕੁਲ ਸਾਫ਼ ਦਿਖਾਈ ਦਿੰਦਾ ਕਿ ਸਰਕਾਰ ਨੇ ਇਸ ਨੂੰ ਕਿਸ ਤਰ੍ਹਾਂ ਹੌਲੀ 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 ਕਰਕੇ ਤਾਕਤ ਦੇ ਕੇ ਉਹਦਾ ਜਾਲ ਆ ਜਿਹੜਾ ਕਿੰਨਾ ਲੰਬਾ ਬੁਣਿਆ ਗਿਆ। ਹਾਲਾਂਕਿ ਉਸ ਸਾਧ ਦੇ ਵਿਰੁੱਧ ਕਤਲ ਦਾ ਮੁਕੱਦਮਾ ਵੀ ਚੱਲਦਾ, ਬਲਾਤਕਾਰ ਦੇ ਮੁਕੱਦਮੇ ਵੀ ਚੱਲਦੇ ਆ, ਅਗਵਾਹ ਦੇ ਵੀ ਚੱਲਦੇ ਆ, ਜਬਰੀ ਜ਼ਮੀਨਾਂ ਦੱਬਣ ਦੇ ਵੀ ਚੱਲਦੇ ਆ। ਮਤਲਬ ਜਿਸ ਵਿਅਕਤੀ ਵਿਰੁੱਧ ਇੰਨੇ ਅਪਰਾਧਕ ਮਾਮਲੇ ਨੇ ਉਹਦੇ ਬਾਵਜੂਦ ਉਹ ਇੱਕ ਮਤਲਬ ਧਾਰਮਿਕ ਆਗੂ ਵਜੋਂ
ਮਤਲਬ ਪੂਰੀ ਤਰ੍ਹਾਂ ਸਥਾਪਿਤ ਹੋਇਆ ਬੈਠਾ। ਉਹਦੀ ਜਿਹੜੀ ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਜਿਹੜੇ ਇੰਨੇ ਸ਼ਰਧਾਲੂ ਹੁੰਦੇ ਨੇ ਉਹਨਾਂ ਲਈ ਤਾਂ ਫਿਰ ਬਾਬਾ ਜੀ ਨੇ ਜੋ ਕਿਹਾ ਉਹ ਸਾਰਾ ਕੁਛ ਅਰਥ ਰੱਖਦਾ, ਦੂਸਰਾ ਕੋਈ ਕੁਛ ਮਰਜ਼ੀ ਕਹੀ ਜਾਵੇ ਉਹਨਾਂ ਲਈ ਕੋਈ ਅਰਥ ਨਹੀਂ ਰੱਖਦਾ। ਸੋ ਜੇ ਸੌਦਾ ਸਾਧ ਨੇ ਦਸ਼ਮੇਸ਼ ਪਿਤਾ ਦੀ ਅੰਮ੍ਰਿਤ ਦੀ ਨਕਲ ਕੀਤੀ, ਖਾਲਸਾ ਪੰਥ ਨੇ ਉਹਦਾ ਵਿਰੋਧ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਦੇ ਵਿਰੁੱਧ ਹੁਕਮਨਾਮਾ ਜਾਰੀ ਹੋਇਆ, ਪਰੰਤੂ ਉਸ ਦੇ ਬਾਵਜੂਦ ਸਰਕਾਰ ਜਿਹੜੀ ਆਪਦੇ ਆਪ ਨੂੰ ਪੰਥਕ ਅਖਵਾਉਂਦੀ ਸੀ ਬਾਦਲ ਕੇ, ਉਹਨਾਂ ਨੇ ਉਹਨੂੰ ਸਿਆਸੀ ਥਾਪੜਾ ਦਿੱਤੇ ਹੀ ਰੱਖਿਆ। ਉਹਦੀ ਜਿੱਥੇ ਵੀ ਨਾਮ ਚਰਚਾ ਸੀ ਸਰਕਾਰ ਵੱਲੋਂ ਉਹਨੂੰ ਸੁਰੱਖਿਆ ਦਿੱਤੀ ਜਾਂਦੀ ਸੀ, ਇੱਥੋਂ ਤੱਕ ਕਿ ਜਿਹੜਾ ਮਤਲਬ ਉਹਨੂੰ ਮਾਫ਼ੀ ਤੱਕ ਆ ਜਿਹੜੀ ਉਹ ਜਥੇਦਾਰਾਂ ਤੋਂ ਆਪਣੇ ਆਪ ਉਹ ਮਾਫ਼ੀ ਮੰਗਣ ਨਹੀਂ ਗਿਆ, ਉਹਨੂੰ ਮਾਫ਼ੀ ਦਵਾ ਦਿੱਤੀ ਗਈ ਆ। ਸੋ ਉਹ ਵੋਟ ਦੀ ਜਿਹੜੀ ਸਾਰੀ ਸਮੁੱਚੀ ਖੇਡ ਆ। ਸੋ ਇਹ ਜਿਹੜਾ ਸੌਦਾ ਸਾਧ ਵਾਲਾ ਮਾਮਲਾ ਇਹ ਅਸੀਂ ਦੇਖਦੇ ਹਾਂ ਕਿ ਇੱਕ ਬੜਾ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖੀ ਨੂੰ ਡੇਰਾਵਾਦ ਆ ਜਿਹੜਾ ਉਹ ਢਾਲ ਲਾਉਂਦਾ ਹੀ ਲਾਉਂਦਾ, ਕਿਉਂਕਿ ਸਿੱਖੀ ਆ ਜਿਹੜੀ ਉਹ ਪਖੰਡ ਦਾ, ਕਰਮ ਕਾਂਡ ਦਾ, ਅਡੰਬਰ ਦਾ, ਫੋਕੇ ਵਹਿਮ ਭਰਮਾਂ ਦਾ ਪੂਰੀ ਤਰ੍ਹਾਂ ਖੰਡਨ ਕਰਦੀ ਆ, ਅਤੇ ਡੇਰਾਵਾਦ ਇਹਨਾਂ ਸਾਰਿਆਂ ਨੂੰ ਫੁਲਾਉਂਦਾ। ਹਾਂਜੀ, ਜਿਹੜੀ ਜੰਗ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਜਨੇਊ ਨਾ ਪਹਿਨ ਕੇ, ਉਹ ਜੰਗ ਆ ਜਿਹੜੀ ਉਹ ਨਿਰੰਤਰ ਹੁਣ ਤੱਕ ਚੱਲੀ ਆ ਰਹੀ ਆ, ਅਤੇ ਹੁਣ ਉਹ ਮਤਲਬ ਡੇਰਾਵਾਦ ਦੇ ਨਾਲ ਅਤੇ ਦੂਸਰੇ ਪਾਸੇ ਜਿਹੜੇ ਸਿੱਖੀ ਸਿਧਾਂਤਾਂ ਦੇ ਪੈਰੋਕਾਰ ਨੇ, ਪਹਿਰੇਦਾਰ ਨੇ, ਉਹਨਾਂ ਦੀ ਵਿਚਕਾਰ ਇਹ ਚੱਲ ਰਹੀ ਆ, ਅਤੇ ਸਰਕਾਰ ਪੂਰੀ ਤਰ੍ਹਾਂ ਡੇਰਾਵਾਦ ਨੂੰ ਥਾਪੜਾ ਦੇ ਕੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਰਕਾਰ ਨੂੰ ਤਾਂ ਉਹ ਲੋਕ ਚਾਹੀਦੇ ਨੇ ਜਿਹੜੇ ਅਕਲ ਦੇ ਇੰਨੇ ਹੋਣ ਕਿ ਜੋ ਕੁਛ ਕਹਿਤਾ ਉਹ ਮਤਲਬ ਦੀ ਦਲੀਲ ਵਾਲੇ ਬੰਦੇ ਆ ਜਿਹੜਾ ਸੋਚਦਾ ਕਿ ਸਰਕਾਰ ਨੇ ਕੀ ਕੀਤਾ ਜਾਂ ਸਰਕਾਰ ਗਲਤ ਕਰ ਰਹੀ ਹੈ, ਸਰਕਾਰ ਠੀਕ ਕਰ ਰਹੀ ਆ, ਉਸ ਤਰ੍ਹਾਂ ਦੇ ਤਰਕ ਵਾਲੇ ਬੰਦੇ ਉਹਨਾਂ ਨੂੰ ਨਹੀਂ ਚਾਹੀਦੇ, ਉਹਨਾਂ ਨੂੰ ਅੰਨੀ ਸ਼ਰਧਾ ਵਾਲੇ ਬੰਦੇ ਚਾਹੀਦੇ। ਇਸੇ ਕਾਰਨ ਮਤਲਬ ਇਹ ਜਿਹੜਾ ਸੌਦਾ ਸਾਧ ਵਾਲਾ, ਖਾਸ ਕਰਕੇ ਸਿਰਸਾ ਡੇਰਾ ਜਿਹੜਾ, ਇਹਨੂੰ ਮਤਲਬ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਉਹ ਬਾਦਲ ਸਰਕਾਰ ਸੀ ਚਾਹੇ ਉਹ ਹਰਿਆਣੇ ਸਰਕਾਰ ਸੀ, ਉਹਨਾਂ ਨੇ ਥਾਪੜਾ ਜਿਹੜਾ ਉਹਨੂੰ ਨਿਰੰਤਰ ਦਿੱਤਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸਿਆਸੀ ਆਗੂਆਂ ਦੇ ਨਾਲ ਲੋੜ ਤੋਂ ਵੱਧ ਨੇੜਤਾ ਰੱਖਣ ਵਾਲੇ ਸਾਧ ਅਕਸਰ ਬਦਨਾਮ ਹੁੰਦੇ ਹਨ, ਫਿਰ ਇਸ ਪਿੱਛੇ ਕੀ ਕਾਰਨ ਹੈ? ਦੇਖੋ, ਕਾਰਨ ਤਾਂ ਇਹ ਹੈ ਕਿ ਸਈਆਂ ਭਾਈ ਕੌਤਵਾ ਲਵ ਡਰ ਗਾ ਹੈਗਾ ਜੀ। ਸੋ ਜਦੋਂ ਇਹਨਾਂ ਮਤਲਬ ਸਾਧਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਸਰਕਾਰ ਸਾਡੇ ਨਾਲ ਆ ਜੀ, ਦੂਸਰੇ ਪਾਸੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੱਤਾ ਦਾ ਨਸ਼ਾ ਹੋ ਜਾਂਦਾ ਕਿ ਸਰਕਾਰ ਸਾਡੇ ਨਾਲ ਆ, ਅਸੀਂ ਮਤਲਬ ਮੁੱਖ ਮੰਤਰੀ ਤੱਕ ਨੂੰ ਹੁਕਮ ਦੇ ਸਕਦੇ ਹਾਂ, ਸੱਤਾ ਦਾ ਨਸ਼ਾ ਹੋ ਗਿਆ, ਚੜਾਵਾ ਜਿਹੜਾ ਉਹ ਅੰਨਾ ਆ ਰਿਹਾ, ਸੁੱਖ ਸਹੂਲਤਾਂ ਨੇ ਜਿਹੜੀਆਂ ਉਹ ਅੰਨੀਆਂ ਨੇ। ਸੋ ਜਦੋਂ ਵਿਅਕਤੀ ਜਿਹੜਾ ਮਤਲਬ ਜਿਹੜਾ ਇੱਕ ਧਾਰਮਿਕ ਖੇਤਰ ਦਾ ਬੰਦਾ ਹੈ ਉਹ ਧਰਮ ਦੀ ਬਜਾਏ ਪਦਾਰਥ ਨਾਲ ਜੁੜ ਜਾਂਦਾ ਅਤੇ ਫਿਰ ਉਹ ਪੂਰੀ ਤਰ੍ਹਾਂ ਪਦਾਰਥੀ ਵੀ ਹੋ ਜਾਂਦਾ, ਸਵਾਰਥੀ ਵੀ ਹੋ ਜਾਂਦਾ, ਲੋਭੀ ਵੀ ਹੋ ਜਾਂਦਾ, ਲਾਲਸੀ ਵੀ ਹੋ ਜਾਂਦਾ। ਸੋ ਜਿਹੜਾ ਵਿਅਕਤੀ ਸਵਾਰਥੀ ਵੀ ਆ, ਪਦਾਰਥੀ ਵੀ ਆ, ਲੋਭੀ ਵੀ ਆ, ਲਾਲਸੀ ਵੀ ਆ, ਉਸ ਤੋਂ ਅਸੀਂ ਚੰਗੇ ਕੰਮ ਦੀ ਉਮੀਦ ਤਾਂ ਰੱਖ ਨਹੀਂ ਸਕਦੇ। ਸੋ ਉਸ ਵਿਅਕਤੀ ਨੇ ਮਤਲਬ ਇਹਨਾਂ ਸਾਰੀਆਂ ਗੱਲਾਂ 'ਚ ਕਾਮ ਕ੍ਰੋਧ ਮੋਹ ਲੋਭ ਅਹੰਕਾਰ 'ਚ ਅੰਨਾ ਹੋ ਕੇ ਗਲਤ ਕੰਮ ਕਰਨੇ ਹੀ ਹੁੰਦੇ ਨੇ। ਸੋ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੇ ਬਦਨਾਮ ਵੀ ਹੋਣਾ, ਫਿਰ ਬਦਨਾਮ ਹੋਣ ਦੇ ਬਾਵਜੂਦ ਵੀ ਸਰਕਾਰਾਂ ਉਹਦੀ ਸੁਰੱਖਿਆ ਕਰਦੀਆਂ ਨੇ, ਦੂਸਰੇ ਜਿਹੜੇ ਉਹ ਇਹ ਸਾਰਾ ਕੁਝ ਦੇਖ ਕੇ, ਜਿਹੜੇ ਦੂਸਰੇ ਮਤਲਬ ਸਾਧ ਪਖੰਡੀ ਸਾਧ ਨੇ ਉਹ ਇਹ ਸਾਰਾ ਕੁਝ ਦੇਖਦੇ ਹੋਇਆ ਕਿ ਉਹ ਸਾਧ ਨੇ ਆਹ ਕੀਤਾ, ਆਹ ਕੀਤਾ, ਆਹ ਕੀਤਾ, ਸਰਕਾਰ ਨੇ ਉਹਦੀ ਰੱਖਿਆ ਕੀਤੀ, ਉਹ ਵੀ ਉਹਦੇ ਰਾਹ ਚੱਲਦੇ ਨੇ, ਉਹ ਡਰਦੇ ਨੇ। ਹਾਂਜੀ, ਸੋ ਇਹ ਜਿਹੜਾ ਮਤਲਬ ਇਹ ਜਿਹੜੀ ਮਤਲਬ ਕੰਟੀਨਿਊਟੀ ਚੱਲਣੀ ਸ਼ੁਰੂ ਹੋ ਜਾਂਦੀ ਆ ਕਿ ਇਹ ਸਾਧ ਨੇ ਜਿਹੜੇ ਇਹ ਲੋਭ ਲਾਲਸਾ ਚੰਨੇ ਹੋ ਕੇ ਗਲਤ ਰਾਹ ਤੁਰਦੇ ਨੇ, ਗਲਤ ਕੰਮ ਕਰਦੇ ਨੇ, ਉਹ ਉਸੇ ਉਹ ਇਸੇ ਕਰਕੇ ਉਹਨਾਂ ਨੂੰ ਸਰਪ੍ਰਸਤੀ ਮਿਲਦੀ ਰਹਿੰਦੀ ਆ। ਸੋ ਇਸੇ ਕਰਕੇ ਜਿਹੜੇ ਆ ਇਹ ਬਦਨਾਮ ਹੁੰਦੇ ਨੇ, ਬਦਨਾਮ ਇਸੇ ਕਰਕੇ ਜ਼ਿਆਦਾ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰ ਦੀ ਸਰਪ੍ਰਸਤੀ ਸਭ ਤੋਂ ਵੱਧ ਹੁੰਦੀ ਆ। ਸੋ ਇਹਦੇ ਪਿੱਛੇ ਕਾਰਨ ਇਹੀ ਆ ਕਿ ਆ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਿੰਘਾਂ ਭਾਈ ਕੌਤਵਾਲ ਆਪ ਡਰ ਕਾ ਹੈਗਾ, ਉਹਨਾਂ ਨੂੰ ਡਰ ਨਹੀਂ ਹੁੰਦਾ ਕਿ ਅਸੀਂ ਗਲਤ ਕੰਮ ਜੋ ਮਰਜ਼ੀ ਕਰੀ ਜਾਈਏ ਸਰਕਾਰ ਸਾਡੀ ਸੁਰੱਖਿਆ ਕਰੂਗੀ। ਸੋ ਇਸੇ ਕਰਕੇ ਹੁਣ ਤੁਸੀਂ ਇਹ ਦੇਖੋ, ਬਾਪੂ ਆਸਾ ਰਾਮ ਹੈ ਜੀ, ਸ਼ਰੇਆਮ ਉਹਦੇ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਹੋਇਆ, ਅੱਜ ਤੱਕ ਉਹਦੀ ਜ਼ਮਾਨਤ ਨਹੀਂ ਹੋਈ, ਉਹਦੇ ਬਾਵਜੂਦ ਇੰਨੀ ਸ਼ਰਧਾ ਕੀ ਆ ਕਿ ਉਹਦੇ ਜਿਹੜੇ ਪੈਰੋਕਾਰ ਆ ਸ਼ਰਧਾਲੂ ਆ ਜੇਲ੍ਹ ਨੂੰ ਜਾ ਕੇ ਮੱਥਾ ਟੇਕੀ ਜਾਂਦੇ ਨੇ। ਮਤਲਬ ਸਾਡੀ ਜਿਹੜੀ ਦੂਸਰੇ ਪਾਸੇ ਆਸ਼ੂਤੋਸ਼ ਨੂਰ ਮੈਲੀਏ ਉਹਦਾ ਵੀ ਉਹ ਡੈਡ ਬੋਡੀ ਨੂੰ ਕਿਸ ਤਰ੍ਹਾਂ ਉਹਨੂੰ ਸੁਰੱਖਿਆ ਦਿੱਤੀ ਗਈ, ਉਹਨੂੰ ਸਵਾ ਸਾਲ ਹੋ ਗਿਆ, ਉਹਨੂੰ ਉਹ ਮਰਿਆ ਪਿਆ ਵਾ ਸਭ ਨੂੰ ਪਤਾ ਹੈ, ਪਰੰਤੂ ਉਹਦੀ ਡੈਡ ਬੋਡੀ ਆ ਉਹਨੂੰ ਸਰਕਾਰ ਨੇ ਜਦੋਂ ਜੈੱਡ ਸੁਰੱਖਿਆ ਦਿੱਤੀ ਆ, ਇੱਕ ਇੱਕ ਮੁਰਦੇ ਨੂੰ ਜੈੱਡ ਸੁਰੱਖਿਆ ਦਿੱਤੀ ਹੋਈ ਆ, ਅਤੇ ਆਮ ਵਿਅਕਤੀ ਆ ਜਿਹੜਾ ਉਹ ਉੱਥੇ ਆ ਕੇ ਕੀ ਦਲੀਲ ਦੇਵੇ ਜੀ। ਸੋ ਇਹ ਅਦਾਲਤਾਂ ਨੇ ਜਿਹੜੀਆਂ ਉਹਨਾਂ ਨੇ ਅੱਖਾਂ ਵਿੱਚ ਲੀਆਂ,
ਸਵਾ ਸਾਲ ਹੋ ਗਿਆ ਅਤੇ ਅਦਾਲਤਾਂ ਨੇ ਵੀ ਅੱਖਾਂ ਮੀਚ ਲਈਆਂ, ਹਾਲਾਂਕਿ ਅਦਾਲਤਾਂ ਇਸ ਪਾਸੇ ਜਿਹੜਾ ਉਹ ਝਟਪਟ ਫੈਸਲਾ ਲੈਂਦੀਆਂ ਨੇ ਕਿ ਇੱਕ ਬੰਦਾ ਜਿਹੜਾ ਮਰਿਆ ਹੀ ਡਿਕਲੇਅਰ ਕਰਦਾ ਉਹਨੂੰ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਪਰੰਤੂ ਸਰਕਾਰਾਂ ਮਤਲਬ ਅਦਾਲਤਾਂ ਵੀ ਉਸ ਪਾਸੇ ਨੇ, ਉਹਨਾਂ ਦੇ ਨਾਲ ਨੇ ਕਿ ਠੀਕ ਹੈ ਤੁਸੀਂ ਲੋਕਾਂ ਨੂੰ ਜਿਵੇਂ ਮਰਜ਼ੀ ਗੁੰਮਰਾਹ ਕਰੀ ਜਾਓ। ਲੋਕਾਂ ਦੀਆਂ ਭਾਵਨਾਵਾਂ ਨਾਲ ਕਿੱਡਾ ਵੱਡਾ ਖਿਲਵਾੜ ਹੈ ਕਿ ਇੱਕ ਬੰਦਾ ਮਰ ਗਿਆ ਹੋਇਆ, ਸਭ ਨੂੰ ਪਤਾ, ਪਰੰਤੂ ਇਸਦੇ ਬਾਵਜੂਦ ਉਹਦੇ ਸਮਾਧੀ 'ਚ ਹੈ। ਸ਼ਾਇਦ ਤਾਂ ਹੀ ਕਿਤੇ ਨਾ ਕਿਤੇ ਬਾਹਰਲੇ ਮੁਲਕਾਂ ਤੋਂ ਲੋਕ ਜਦੋਂ ਆਉਂਦੇ ਹਨ ਹਿੰਦੁਸਤਾਨੀਆਂ ਨੂੰ ਬੇਵਕੂਫ ਹੀ ਕਹਿ ਕੇ ਜਾਂਦੇ ਹਨ। ਨਹੀਂ ਦੇਖੋ, ਇਹ ਤਾਂ ਮਤਲਬ ਸਿਸਟਮ ਹੈ ਜਿਹੜਾ ਇਸ ਦੇਸ਼ ਦੇ ਨਾਲ ਜੁੜਿਆ ਹੋਇਆ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ। ਅਗਲਾ ਕੋਈ ਕਹਿੰਦਾ ਕਿ ਜੇ ਮਤਲਬ ਹਿੰਦੁਸਤਾਨ ਦੇ ਢਾਂਚੇ ਨੂੰ ਕੋਈ ਚਲਾਉਂਦਾ ਤਾਂ ਰੱਬ ਹੈ ਜੀ। ਸੋ ਇਹ ਸਾਰਾ ਕੁਝ ਅਸੀਂ ਜਿਹੜਾ ਮਤਲਬ ਇਸ ਗੱਲ ਨੂੰ ਸਮਝਦੇ ਹਾਂ ਕਿ ਅੱਜ ਚਾਹੇ ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ 21ਵੀਂ ਸਦੀ ਦਾ ਡੇਢ ਦਹਾਕਾ ਲੰਘ ਗਿਆ, ਮੁਲਕ ਨੇ ਤਰੱਕੀ ਵੀ ਕੀਤੀ ਹੈ, ਇਹਦੇ ਵਿੱਚ ਵੀ ਕੋਈ ਨਹੀਂ ਹੈ, ਵਿਗਿਆਨ ਦੇ ਖੇਤਰ 'ਚ ਬਹੁਤ ਵੱਡੀ ਤਰੱਕੀ ਆ ਮੁਲਕ ਨੇ ਕੀਤੀ ਹੈ, ਪਰੰਤੂ ਉਹਦੇ ਬਾਵਜੂਦ ਕਿਉਂਕਿ ਜਿਹੜੇ ਹਾਕਮ ਨੇ ਦੇਸ਼ ਦੇ ਉਹਨਾਂ ਦੀ ਨੀਤੀ ਅਤੇ ਨੀਅਤ ਆ ਜਿਹੜੀ ਉਹ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਮੁੱਠੀ 'ਚ ਉਹਨਾਂ ਨੂੰ ਬੇਵਕੂਫ ਬਣਾ ਕੇ ਆਪਣੀ ਮੁੱਠੀ 'ਚ ਰੱਖਣ ਦੀ ਰਹੀ ਆ। ਇਸੇ ਕਰਕੇ ਇਹ ਜਿਹੜਾ ਪਖੰਡਵਾਦ ਆ, ਕਰਮਕਾਂਡ ਆ ਜਾਂ ਅਡੰਬਰ ਆ, ਉਹਨੂੰ ਦੇਖੋ ਕਿ ਚੈਨਲਾਂ 'ਤੇ ਸ਼ਰੇ ਆਮ ਮਤਲਬ ਸਾਰਾ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਉਸ ਜਿਉਂ ਸ਼ੁਰੂ ਹੁੰਦੇ ਨੇ, ਕੋਈ ਤਾਂਤਰਿਕ ਆ ਗਿਆ, ਕੋਈ ਜੋਤਸ਼ੀ ਆ ਗਿਆ, ਕੋਈ ਫਲ ਦੱਸਣ ਵਾਲਾ ਆ ਗਿਆ, ਕੋਈ ਫਲ ਦੇਣ ਵਾਲਾ ਆ ਗਿਆ, ਮਤਲਬ ਕੋਈ ਇਸ ਪਾਸੇ ਸਰਕਾਰ ਆ ਜਿਹੜੀ ਉਹਨੇ ਕਦੇ ਅੱਜ ਤੱਕ ਇਸ ਪਾਸੇ ਧਿਆਨ ਨਹੀਂ ਦਿੱਤਾ ਕਿ ਇਹ ਲੋਕਾਂ ਨੂੰ ਐਡੇ ਵੱਡੇ ਪੱਧਰ 'ਤੇ ਬੇਵਕੂਫ ਬਣਾਇਆ ਜਾਂਦਾ, ਉਹਨਾਂ ਨੂੰ ਲੁੱਟਿਆ ਜਾ ਰਿਹਾ। ਸੋ ਇਹ ਇਸ ਦੇਸ਼ ਦਾ ਜਿਹੜਾ ਸਿਸਟਮ ਹੈ ਉਹਨਾਂ ਨੂੰ ਇਸ ਗੱਲ ਦਾ, ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਲੋਕ ਜਿੰਨੇ ਮਾਨਸਿਕ ਰੂਪ 'ਚ ਗੁਲਾਮ ਹੋਣਗੇ, ਲੋਕ ਜਿੰਨੇ ਮਾਨਸਿਕ ਰੂਪ 'ਚ ਬਿਮਾਰ ਹੋਣਗੇ, ਉਨਾ ਹੀ ਇਹ ਹਾਕਮ ਧਿਰਾਂ ਨੂੰ ਫਾਇਦਾ। ਸੋ ਉਹ ਉਸ ਗੱਲ ਤੋਂ ਲੋਕਾਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੁੰਦੇ। ਪੰਜਾਬ 'ਚ ਡੇਰਾਬਾਦ ਦੀ ਇਸ ਸਮੇਂ ਕੀ ਸਥਿਤੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਰਾਬਾਦ ਆਪਣਾ ਕੀ ਰੋਲ ਅਦਾ ਕਰੇਗਾ? ਦੇਖੋ, ਪੰਜਾਬ 'ਚ ਇੱਕ ਤਾਂ ਜਿਹੜੇ ਇਹ ਡੇਰੇ ਨੇ ਜਿਨ੍ਹਾਂ ਦੇ ਵਿੱਚ ਮਤਲਬ ਮੁੱਖ ਰੂਪ ਦੇ ਵਿੱਚ ਰਾਧਾ ਸੁਆਮੀ ਨੇ, ਚਾਹੇ ਉਹ ਸੌਦਾ ਸਾਧ ਵਾਲਾ, ਚਾਹੇ ਉਹ ਅਸੂਤੋਸ਼ ਵਾਲਾ, ਚਾਹੇ ਉਹ ਭਨਿਆਰੇ ਵਾਲਾ, ਇਹ ਡੇਰੇ ਉਹ ਨੇ ਜਿਹੜੇ ਮਤਲਬ ਸਿੱਖ ਵਿਰੋਧੀ ਨੇ ਜੀ, ਜਿਹੜੇ ਸਿੱਧਾ ਸਿੱਧਾ ਸਭ ਨੂੰ ਪਤਾ ਕਿ ਇਹ ਸਿੱਖੀ ਨੂੰ ਢਾਹ ਲਾ ਰਹੇ ਨੇ, ਮਤਲਬ ਸਪਸ਼ਟ ਰੂਪ ਦੇ ਵਿੱਚ ਲਾ ਰਹੇ ਨੇ ਅਤੇ ਨੰਗੇ ਚਿੱਟੇ ਲਾ ਰਹੇ ਨੇ। ਦੂਜੇ ਪਾਸੇ ਉਹ ਡੇਰੇ ਆ ਜਿਹੜੇ ਉਹਨਾਂ ਦੀ ਵੀ ਹੁਣ ਗਿਣਤੀ ਨਹੀਂ ਰਹੀ, ਜਿਹੜੇ ਮਤਲਬ ਸਿੱਖੀ ਸਰੂਪ ਵਾਲੇ ਨੇ, ਜਿਹਨਾਂ ਜਿਹੜੇ ਬਾਹਰੋਂ ਸਿੱਖੀ ਵਾਲੇ ਦਿਸਦੇ ਨੇ ਪਰੰਤੂ ਅੰਦਰ ਉਹੀ ਕੁਛ ਆ ਜਿਹੜਾ ਕੁਛ ਇਹ ਦੂਸਰੇ ਸਾਧ ਨੇ। ਸਾਰਾ ਅਡੰਬਰ, ਪਖੰਡ, ਫੋਕਟ, ਕਰਮਕਾਂਡ ਆ ਜਿਹੜੇ ਉਹ ਮਤਲਬ ਉਹ ਹੁਣ ਗੁਰੂ ਦੇ ਨਾਮ 'ਤੇ ਕਰਦੇ ਨੇ, ਇਹ ਤਾਂ ਗੁਰੂ ਦੇ ਵਿਰੋਧ 'ਚ ਕਰਦੇ ਨੇ, ਉਹ ਗੁਰੂ ਦੇ ਨਾਮ 'ਤੇ ਕਰਦੇ ਨੇ। ਸੋ ਇਹ ਪੰਜਾਬ ਦੇ ਵਿੱਚ ਇੱਕ ਜਿਹੜਾ ਮਤਲਬ ਡੇਰਾਬਾਦ ਆ ਜਿਹੜਾ ਉਹ ਜੇ ਅਸੀਂ ਕਹਿ ਦਈਏ ਕਿ ਕਾਂਗਰਸ ਘਾਹ ਵਾਂਗੂ ਮਤਲਬ ਉੱਗਿਆ ਹੋਇਆ, ਜੇ ਪੰਜਾਬ 'ਚ 12,500 ਪਿੰਡ ਆ ਅਤੇ ਤੁਸੀਂ ਮਤਲਬ ਇਸ ਗੱਲ ਦਾ ਵਿਸ਼ਵਾਸ ਕਰਿਓ ਕਿ 25,000 ਡੇਰਾ ਜਿਹੜਾ ਨਿੱਕਾ ਮੋਟਾ ਤੁਹਾਨੂੰ ਜ਼ਰੂਰ ਮਤਲਬ ਜੇ ਤੁਸੀਂ ਗਿਣਤੀ ਕਰਾਉਣੀ ਚਾਹੋ ਤਾਂ ਜ਼ਰੂਰ ਹੋ ਜੂਗੀ। ਸੋ 667 ਡੇਰੇ ਤਾਂ ਪੰਜਾਬ 'ਚ ਜਿਹੜੇ ਪ੍ਰਮੁੱਖ ਨੇ ਜਿਨ੍ਹਾਂ ਦਾ ਆਧਾਰ ਹੈ। ਸੋ ਉਹ ਇਹ ਹਾਲਾਤ ਨੇ ਜਿਹੜੇ, ਕਿਉਂਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪ੍ਰਭਾਵ ਕੀ ਪਾਉਣਗੇ, ਜਦੋਂ ਸਿਆਸੀ ਧਿਰਾਂ ਇਹਨਾਂ ਡੇਰਿਆਂ ਨੂੰ ਆਪਣੇ ਨਾਲ ਤੋਰਦੀਆਂ ਨੇ ਅਤੇ ਸਾਰੀਆਂ ਸਿਆਸੀ ਧਿਰਾਂ ਜਾ ਕੇ ਮੰਗਤੇ ਬਣਦੀਆਂ ਨੇ ਇਹਨਾਂ ਡੇਰਿਆਂ ਦੇ ਦਰ 'ਤੇ। ਸੋ ਇਹਨਾਂ ਡੇਰਿਆਂ ਦਾ ਜਿਹੜਾ ਪ੍ਰਭਾਵ ਹੈ ਉਹ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਿਵੇਂ ਇਹਨਾਂ ਨੇ ਲੋਕਾਂ ਨੂੰ ਮਾਨਸਿਕ ਰੂਪ ਦੇ ਵਿੱਚ ਗੁਲਾਮ ਅਤੇ ਬਿਮਾਰ ਬਣਾਇਆ ਹੋਇਆ, ਉਹਦੇ ਕਾਰਨ ਪ੍ਰਭਾਵ ਆ ਜਿਹੜਾ ਉਹ ਤਾਂ ਕਿਤੇ ਨਾ ਕਿਤੇ ਜ਼ਰੂਰ ਦਿਖਾਈ ਦਿੰਦਾ ਜੀ। ਪਰੰਤੂ ਕਿਉਂਕਿ ਦੂਸਰੇ ਪਾਸੇ ਜਿਹੜੀ ਸਾਡੀ ਜਾਗਰੂਕ ਪੀੜ੍ਹੀ ਆ, ਜਿਹੜੀ ਨੌਜਵਾਨ ਪੀੜ੍ਹੀ ਆ, ਭਾਵੇਂ ਕਿ ਉਹਨਾਂ 'ਚੋਂ ਵੀ ਜਿਹੜੀ ਇਹਨਾਂ ਨੇ ਨਸ਼ੇੜੀ ਬਣਾ ਲਈ ਆ, ਅੱਜ ਅਸੀਂ ਦੇਖ ਲਈਏ ਕਿ ਜਿਹੜਾ ਨਸ਼ੇੜੀ ਨੌਜਵਾਨ ਆ ਉਹ ਮਜ਼ਾਰ 'ਤੇ ਜ਼ਰੂਰ ਜਾਊਗਾ ਜੀ। ਕਿਤੇ ਨਾ ਕਿਤੇ ਇਹ ਡੂੰਘੀ ਸਾਜਿਸ਼ ਹੈਗੀ ਆ ਹਾਂਜੀ, ਕਿ ਉਹ ਨਸ਼ੇੜੀ ਨੌਜਵਾਨ ਨੂੰ ਆਖਿਰ ਮਜ਼ਾਰ 'ਤੇ ਕੌਣ ਲੈ ਕੇ ਜਾਂਦਾ, ਕਿਵੇਂ ਲੈ ਕੇ ਜਾਂਦਾ, ਇਹ ਬੜੀ ਇੱਕ ਡੂੰਘੀ ਸਾਜਿਸ਼ ਆ ਜਿਹਦਾ ਅਸੀਂ ਹਾਲੇ ਤੱਕ ਇਸ ਪਾਸੇ ਮਤਲਬ ਧਿਆਨ ਦੇ ਨਾਲ ਡੂੰਘੀ ਨੀਂਝ ਲਾ ਕੇ ਤੱਕਿਆ ਹੀ ਨਹੀਂ ਜੀ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਅੱਜ ਪਿੰਡਾਂ ਦੇ ਵਿੱਚ ਜੇ ਅਸੀਂ ਦੇਖੀਏ ਕਿ ਕਿਹੜੇ ਪਿੰਡਾਂ ਦੇ ਵਿੱਚ ਜਿਹੜੇ ਮੰਦਰ ਨੇ ਉਹਨਾਂ ਦੀ ਗਿਣਤੀ ਬੜੀ ਨਾ ਮਾਤਰ ਸੀ, ਅੱਜ ਜਿੱਥੇ ਨਿੱਕੀ ਜਿਹੀ ਮਟੀ ਬਣੀ ਹੁੰਦੀ ਆ ਉੱਥੇ ਮੰਦਰ ਉਸਰ ਜਾਂਦਾ ਜੀ। ਆਖਿਰ ਨੂੰ ਇਸ ਦੇ ਪਿੱਛੇ ਕਾਰਨ ਕੀ ਆ? ਕੋਈ ਨਹਿਰ ਦਾ ਕਿਨਾਰਾ ਇਹੋ ਜਿਹਾ ਨਹੀਂ ਜਿੱਥੇ ਤੁਹਾਨੂੰ ਮਜ਼ਾਰ ਨਹੀਂ ਦਿਖਾਈ ਦੇਊ। ਇਹ ਬੜਾ ਇੱਕ ਪੰਜਾਬ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਸਿੱਖੀ ਦੀ ਹੋਂਦ 'ਤੇ ਜਿਹੜੇ ਹਮਲੇ ਨੇ ਉਹ ਸਾਜਿਸ਼ ਅਤੇ ਪੜਾਅ ਦਰ ਪੜਾਅ ਹੋ ਰਹੇ ਨੇ, ਪਰੰਤੂ ਕਿਉਂਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਕੌਮ ਦੇ
ਜ਼ਿੰਮੇਵਾਰ ਲੋਕ ਨੇ, ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਅਤੇ ਉਹ ਤੋਂ ਬਾਅਦ ਜਿਹੜੀ ਸਾਡੀਆਂ ਧਾਰਮਿਕ ਆਗੂ ਨੇ, ਚਾਹੇ ਉਹ ਤਾਕਤਾਂ ਦੇ ਜਥੇਦਾਰ ਨੇ ਅਤੇ ਚਾਹੇ ਉਹ ਜਿਹੜੀਆਂ ਸਾਡੀਆਂ ਹੋਰ ਸਿੱਖ ਜਥੇਬੰਦੀਆਂ ਨੇ ਉਹ ਨੇ, ਉਹਨਾਂ ਦਾ ਇਹ ਫਰਜ਼ ਸੀ ਕਿ ਉਹ ਇਹ ਸਾਰੀ ਗੱਲ ਨੂੰ ਡੂੰਘਾਈ ਦੇ ਨਾਲ, ਨੀਝ ਦੇ ਨਾਲ ਬਾਚ ਕੇ ਇਹਦੇ ਕਾਰਨਾਂ ਨੂੰ ਦੇਖਦੇ ਅਤੇ ਕੌਮ ਨੂੰ ਇਸ ਬਾਰੇ ਜਾਗਰੂਕ ਕਰਾਉਂਦੇ, ਪਰੰਤੂ ਉਹਨਾਂ 'ਚ ਆਪਸੀ ਜਿਹੜੀ ਪੁੱਟ ਹੈ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਆ ਜਿਹੜੀ, ਉਹ ਉਸ ਤੋਂ ਬਾਹਰ ਹੀ ਨਹੀਂ ਆ ਰਹੇ ਅਤੇ ਕੌਮ 'ਤੇ ਜਿਹੜੇ ਹਮਲੇ ਨੇ ਉਹ ਦਿਨੋਂ ਦਿਨ ਤੇਜ਼ ਹੋਈ ਜਾ ਰਹੇ ਨੇ। ਹਿੰਦੂ, ਮੁਸਲਿਮ, ਸਿੱਖ, ਈਸਾਈ, ਪਹਿਲਾ ਮੰਗਤਾ ਤਾਂ ਉਹ ਹੋਇਆ ਜੋ ਆਪਣੇ ਗੁਰੂ ਦਾ ਦਰ ਛੱਡ ਕੇ ਡੇਰੇ 'ਤੇ ਗਿਆ, ਅਤੇ ਦੂਸਰੇ ਮੰਗਤੇ ਉਹ ਸਿਆਸੀ ਆਗੂ ਜੋ ਇਹਨਾਂ ਡੇਰਿਆਂ ਦੇ ਉੱਪਰ ਵੋਟਾਂ ਦੀ ਖਾਤਰ ਮੰਗਤੇ ਬਣੇ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।